ਪਹਿਲਾਂ ਤਾਂ ਜ਼ਮੀਨ ਤੁਹਾਨੂੰ ਮਿਲਣ ਦੇ ਕੋਈ ਚਾਂਸ ਹੀ ਨਹੀਂ ਹੈ। ਜੇ ਮਿਲ ਵੀ ਗਈ ਤਾਂ ਕਿੱਥੇ 12 ਕਿੱਲੇ, ਕਿੱਥੇ 100 ਕਿੱਲੇ। ਆਬਵੀਅਸਲੀ ਪਾਪਾ ਉਹਨਾਂ ਨੂੰ ਪ੍ਰੈਫਰ ਕਰਨਗੇ ਨਾ। ਓਏ ਜੇ ਰਿਕਾਰਡ ਹੱਥੋਂ ਨਿਕਲ ਗਿਆ ਜ਼ਮੀਨ ਤਾਂ ਜਾਊ। ਓਏ 420 ਵੀ ਲੱਗੂ। ਕੋਈ ਕੇਦਾਰਨਾਥ ਹੈਗੇ ਜੀ? ਉਹ ਬੇਵਕੂਫਾ, ਉਹ ਕੇਦਾਰਨਾਥ ਵਕੀਲ ਜੀ ਨੇ, ਉਹਨਾਂ ਨੂੰ ਬਿਠਾ ਜਾ ਕੇ ਆਦਰ ਨਾਲ। ਹੈਲੋ ਯਾਰ, ਕਿੰਨੀ ਦੇਰ ਲਾਤੀ, ਮੈਂ ਕਦ ਤੋਂ ਇੱਥੇ ਖੜਾ। ਤੂੰ ਕਾਲਜ ਨਹੀਂ ਜਾਣਾ? ਸੁਖੀ, ਆਪਾਂ ਜਦ ਵੀ ਕਾਲਜ ਮਿਲਦੇ ਆ ਨਾ, ਘਰੇ ਪਤਾ ਲੱਗ ਜਾਂਦਾ। ਉਹ ਵੈਸੇ ਵੀ ਉੱਥੇ ਹਮੇਸ਼ਾ ਕਰਨੈਲ ਤੇ ਉਹਦੇ ਉਹ ਦੋਸਤ ਜੇ ਘੁੰਮਦੇ ਰਹਿੰਦੇ ਨੇ। ਕੋਈ ਗੱਲਬਾਤ ਹੋਈ? ਗੱਲਬਾਤ? ਇੱਥੇ ਸਭ ਕੁਝ ਬੜਾ ਮਿਸਟੀਰੀਅਸ ਜਿਹਾ ਹੋ ਰਿਹਾ ਯਾਰ। ਹੁਣ ਉਹ ਕਹਿੰਦੇ ਕੀ ਨੇ? ਪਤਾ ਨਹੀਂ, ਉਹਦੇ ਫਾਦਰ ਦੇ ਕਹਿਣ ਮੁਤਾਬਿਕ ਉਹ ਹੈਦਰਾਬਾਦ ਗਿਆ ਬਿਜ਼ਨਸ ਲਈ। ਪਤਾ ਨਹੀਂ ਕਿਹੋ ਜਿਹੇ ਲੋਕ ਨੇ, ਨਾਲੇ ਕਰਨੈਲ ਇਹੋ ਜਿਹਾ ਮੁੰਡਾ ਨਹੀਂ ਜਿਹੜਾ ਘਰਦਿਆਂ ਦੀ ਬਿਜ਼ਨਸ 'ਚ ਮਦਦ ਕਰਾਵੇ। ਗੱਲ ਮੈਨੂੰ ਕੁਛ ਹੋਰ ਲੱਗਦੀ ਹੈ। ਪਤਾ ਨਹੀਂ ਪਾਪਾ ਉਹਨਾਂ 'ਤੇ ਕਿਉਂ ਲੱਟੂ ਹੋਏ ਫਿਰਦੇ ਨੇ। ਜੋਤ, ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਅੱਜ ਕੱਲ੍ਹ ਹਰ ਕੋਈ ਬੰਦਾ ਫਾਈਨੈਂਸ਼ੀਅਲੀ ਸਿਕਿਓਰ ਹੋਣਾ ਚਾਹੁੰਦਾ ਤੇ ਇਮੋਸ਼ਨਲੀ ਭਾਵੇਂ ਬਰਬਾਦ ਹੋ ਜਾਵੇ। ਇਮੋਸ਼ਨਸ ਤੋਂ ਕਿਸੇ ਨੇ ਕੀ ਲੈਣਾ ਚਾਹੁੰਦਾ? ਸੁਖੀ, ਤੂੰ ਕਹਿ ਰਿਹਾ? ਤੂੰ ਤੇ ਮੈਂ ਇਸ ਗੱਲ ਨੂੰ ਸਮਝਦੇ ਹਾਂ, ਪਰ ਹੋਰ ਕੋਈ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਤੂੰ ਕੋਸ਼ਿਸ਼ ਦੀ ਗੱਲ ਕਰਦਾ, ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ। ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ਼ੀ ਹੈ। ਰੱਬ ਦੇ ਰੰਗਾਂ ਦਾ ਮੈਨੂੰ ਪਤਾ ਨਹੀਂ, ਮੇਰੀ ਜ਼ਿੰਦਗੀ ਜ਼ਰੂਰ ਬੇਰੰਗ ਹੋ ਜਾਏਗੀ। ਜੋਤ, ਤੂੰ ਦੱਸ ਨਾ। ਲੱਗਦਾ ਹੈ ਜੋਤ ਹੁਣ ਬੁਝਣ ਵਾਲੀ ਹੈ। ਖਬਰਦਾਰ ਜੇ ਇਹੋ ਜਿਹੀ ਗੱਲ ਕਰੀ, ਭੁੱਲ ਗਈ ਆਪਣੀ ਸੌ? ਜੋਤ, ਹਜੇ ਤਾਂ ਕੁਛ ਵੀ ਨਹੀਂ ਵਿਗੜਿਆ। ਕੈਸੀ ਜੋਤ ਆ ਮੈਂ? ਨਾ ਜਾਗ ਸਕਦੀ ਹਾਂ, ਨਾ ਬੁੱਝ ਸਕਦੀ ਹਾਂ, ਬਸ ਪੱਕ ਪੱਕ ਕਰਦੀ ਜੋਤ। ਨਾ ਸ਼ਾਂਤੀ, ਨਾ ਚਾਨਣ, ਬਸ ਲਿਸ਼ਕੌਰਾਂ। ਕਦੇ ਅੱਖਾਂ ਚੁੰਧਿਆਈ ਜਾਂਦੀਆਂ ਨੇ ਤੇ ਕਦੇ ਘੁੱਪ ਹਨੇਰਾ ਹੋ ਜਾਂਦਾ। ਚਾਹੇ ਹਨੇਰੀ ਆਵੇ, ਚਾਹੇ ਝੱਖੜ ਝੁੱਲੇ, ਪਰ ਇਹ ਜੋਤ ਕਦੇ ਬੁਝਣੀ ਨਹੀਂ ਚਾਹੀਦੀ, ਕਿਉਂਕਿ ਇਸ ਜੋਤ ਨਾਲ ਇੱਧਰ ਚਾਨਣ ਹੈ। ਇਹੀ ਅਹਿਸਾਸ ਤਾਂ ਮੈਨੂੰ ਸੁਖੀ ਕਰਦਾ, ਵਰਨਾ ਜੀਣ 'ਚ ਤਾਂ ਕੋਈ ਹੱਜ ਨਹੀਂ। ਪਰਮਾਤਮਾ ਆਪਣੇ ਨਾਲ,
ਤੇ ਪਰਮਾਤਮਾ ਨੇ ਆਪਾਂ ਨੂੰ ਵਕਤ ਦਿੱਤਾ, ਆਪਾਂ ਨੂੰ ਉਸ ਵਕਤ ਦਾ ਲਾਭ ਲੈਣਾ ਚਾਹੀਦਾ। ਮਤਲਬ ਤੇਰੇ ਡੈਡ ਨੂੰ ਮਿਲਿਆ ਜਾਵੇ। ਬਿਲਕੁਲ ਠੀਕ, ਸ਼ਾਇਦ ਇਸ ਨਾਲ ਉਹਨਾਂ ਦੇ ਦਿਮਾਗ ਵਿੱਚ ਥੋੜੀ ਥਾਂ ਬਣ ਜਾਵੇ, ਸ਼ਾਇਦ ਉਹ ਜ਼ਮੀਨਾਂ ਜਾਇਦਾਦਾਂ ਦੇ ਚੱਕਰ ਵਿਊ ਚੋਂ ਨਿਕਲ ਕੇ ਇਨਸਾਨ ਦੀ ਇਨਸਾਨੀਅਤ ਨੂੰ ਪਰਖਣ ਦੀ ਕੋਸ਼ਿਸ਼ ਕਰਨ। ਸ਼ਾਇਦ ਜੀ ਵਕੀਲ ਸਾਹਿਬ। ਨਮਸਤੇ ਸਰ ਜੀ। ਨਮਸਕਾਰ। ਕਾਹਦੇ ਸਰਦਾਰ? ਵਕੀਲ ਸਾਹਿਬ, ਅੱਜ ਤੱਕ ਮੈਂ ਆਪਣੇ ਆਪ ਨੂੰ ਇੰਨਾ ਨੀਵਾਂ ਹੋਇਆ ਕਦੇ ਨਹੀਂ ਸੀ ਦੇਖਿਆ। ਦੇਖੋ, ਕਰਮ ਗ੍ਰੰਥਾਂ ਚ ਲਿਖਿਆ ਵੀ ਆਦਮੀ ਨੂੰ ਆਪਣਾ ਕਰਮ ਕਰਨਾ ਚਾਹੀਦਾ। ਫਲ ਦੇਣਾ ਭਗਵਾਨ ਦੇ ਹੱਥ ਹੈ, ਫਲ ਦੀ ਚਿੰਤਾ ਛੱਡੋ ਤੁਸੀਂ। ਵਾਹ ਵਕੀਲ ਸਾਹਿਬ, ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਪੈਸੇ ਤਾਂ ਮੈਂ ਦਿੰਦਾ ਰਹਾਂ ਤੇ ਫਲ ਦੀ ਚਿੰਤਾ ਨਾ ਕਰਾਂ, ਇਹ ਕਿਧਰਲਾ ਨਿਆਂ ਹੈ? ਸਾਹਿਬ ਵਿਸਾਖਾ ਸਿੰਘ ਜੀ, ਗੁੱਸੇ ਚ ਨਾ ਆਓ। ਗ੍ਰੰਥਾਂ ਚ ਲਿਖਿਆ ਵੀ ਗੁੱਸਾ ਅਕਲ ਦਾ ਬੈਰੀ ਹੁੰਦਾ। ਨਾ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਮੈਂ? ਹੈ, ਤੁਹਾਡੇ ਹੱਥ ਤਾਂ ਮੈਂ ਦੇਖ ਲਿਆ, ਮੁੰਡੇ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ ਤੁਹਾਡੇ ਹੁੰਦਿਆਂ। ਤੁਸੀਂ ਤੇ ਦਾਅਵਾ ਕਰਦੇ ਸੀ ਵੀ ਮੈਂ 3 ਘੰਟਿਆਂ ਚ ਮੁੰਡੇ ਨੂੰ ਬਾਹਰ ਲੈ ਆਊਂਗਾ, ਹੁਣ ਤਾਂ 3 ਦਿਨ ਹੋ ਗਏ। ਸ਼ਾਂਤੀ ਸਰਦਾਰ ਜੀ, ਸ਼ਾਂਤੀ। ਗ੍ਰੰਥਾਂ ਚ ਲਿਖਿਆ ਕਿ ਬੰਦੇ ਨੂੰ ਹਮੇਸ਼ਾ ਸ਼ਾਂਤ ਰਹਿਣਾ ਚਾਹੀਦਾ, ਬੰਦਾ ਸ਼ਾਂਤੀ ਨਾਲੇ ਕੋਈ ਵਧੀਆ ਗੱਲ ਸੋਚ ਸਕਦਾ। ਠੀਕ ਹੈ, ਮੈਂ ਸ਼ਾਂਤ ਹੋ ਕੇ ਘਰੇ ਬਹਿ ਜਾਣਾ ਤੇ ਤੁਸੀਂ ਗ੍ਰੰਥਾਂ ਦਾ ਆਸਰਾ ਲੈ ਕੇ ਨਾ ਮੁੰਡੇ ਨੂੰ 15-20 ਸਾਲ ਲਈ ਜੇਲ੍ਹ ਕਰਵਾ ਦਿਓ। ਓਹੋ, ਯਤਨ ਤਾਂ ਆਪਾਂ ਕਰ ਹੀ ਰਹੇ ਹਾਂ, ਅੱਗੇ ਕਿਹੜਾ ਕਸਰ ਛੱਡਾਂਗੇ? ਧਰਮ ਗ੍ਰੰਥਾਂ ਚ ਲਿਖਿਆ ਵੀ ਬੰਦੇ ਨੂੰ ਹੌਸਲਾ ਰੱਖਣਾ ਚਾਹੀਦਾ। ਨਾ ਹੁਣ ਕੀ ਕਹਿੰਦੇ ਆ ਤੁਹਾਡੇ ਗ੍ਰੰਥ? ਹੈ ਕੋਈ ਰਸਤਾ ਕਿ ਮੁੰਡਾ ਜੇਲ੍ਹ ਚ ਸੜੂਗਾ? ਦੇਖੋ ਜੀ, ਕਈ ਲੋਕ ਤਾਂ ਸਿਆਣਪ ਕਰ ਜਾਂਦੇ ਆ, ਉਹ ਵਧੀਆ ਵਧੀਆ ਗੱਲਾਂ ਲਿਖ ਕੇ ਰੱਖ ਜਾਂਦੇ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆ ਸਕਣ। ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਹੁਣ ਕੀ ਕਰਨਾ, ਅੱਗੇ ਤੋਂ ਤੁਹਾਡਾ ਕੀ ਪਲਾਨ ਆ ਉਹ ਦੱਸੋ। ਆ ਲੋ ਸਰਦਾਰ ਜੀ, ਚਾਹ ਤੇ ਬਿਸਕੁਟ। ਤੁਰ ਫਿਰੇ ਮੂੰਹ ਤੇਰਾ ਕਤੀੜ ਦਾ, ਲੈ ਜਾ ਇਹਨੂੰ ਵਾਪਸ। ਆਪੇ ਤੇ ਕਹਿੰਦੇ ਸੀ ਸੇਵਾ ਕਰਨੀ ਹੈਗੀ, ਪਿਆਰ ਆਦਰ ਕਰਨਾ ਹੈਗੀ। ਇਹ ਤਾਂ ਬੜੀ ਮਾੜੀ ਗੱਲ ਹੈ ਜੀ, ਅਗਲਾ ਤਾਂ ਚਾਹ ਲੈ ਕੇ ਆਇਆ, ਤੁਸੀਂ ਗਾਲਾਂ ਕੱਢੀ ਜਾਂਦੇ ਹੋ। ਗਾਲਾਂ ਨਾ ਕੱਢਾਂ ਤੇ ਹੋਰ ਕੀ ਕਰਾਂ, ਆਹ ਜਿਹੜਾ ਵਿੱਚ ਫੁਹਾਰੇ ਮਾਰੀ ਜਾਂਦਾ। ਕਿਹੜੇ ਫੁਹਾਰੇ? ਆਹ ਦੇਖ ਲਓ, ਲੈ ਜਾਓ ਇਹਨੂੰ ਵਾਪਸ, ਨਹੀਂ ਤਾਂ ਮਾਰ ਮਾਰ ਜੁੱਤੀਆਂ ਸਿਰ ਪੋਲਾ ਕਰ ਦੂੰ ਤੇਰਾ। ਜਾਂ ਚਾਹ ਹੋਰ ਬਣਾ ਕੇ ਲਿਆ। ਮੈਂ ਤੇ ਆਹ ਦਿਖਾਣੀ ਸੀ ਕਿ ਛੋਟੇ ਸਰਦਾਰ ਜੀ ਉੱਥੇ ਵੀ ਬੈਠੇ ਮੈਨੂੰ ਕਿੰਨਾ ਯਾਦ ਕਰੀ ਜਾਂਦੇ ਹੈਗੇ। ਜਾ ਦਫਾ ਹੋ ਜਾ ਤੇ ਜਾ ਕੇ ਹੋਰ ਚਾਹ ਬਣਾ ਕੇ ਲੈ ਕੇ ਆਪਾਂ ਆ ਕੱਪਾਂ ਚ। ਜੀ ਸਰਦਾਰ। ਦੇਖੋ ਜੀ, ਗ੍ਰੰਥਾਂ ਚ ਲਿਖਿਆ ਬੰਦਾ ਇੱਕ ਵਾਰੀ ਗਲਤੀ ਕਰੇ ਤਾਂ ਉਹਨੂੰ ਮਾਫ਼ ਕਰ ਦੇਣਾ ਚਾਹੀਦਾ। ਵਕੀਲ ਸਾਹਿਬ, ਜੇ ਇੱਕ ਵਾਰੀ ਗਲਤੀ ਕਰੇ ਨਾ ਤੇ ਇਹਨੂੰ ਮਾਫ਼ ਕਰ ਦਈਏ, ਉਹ ਇਹਦਾ ਤਾਂ ਜੀ ਰੋਜ਼ ਦਾ ਹੀ ਇਹ ਕੰਮ ਹੈ। ਓਹੋ, ਹੈ ਤਾਂ ਨੌਕਰੀ, ਤੁਹਾਡੀਆਂ ਗਲਤੀਆਂ ਕਰਦਾ, ਤੁਹਾਡੇ ਛਿੱਤਰ ਖਾਂਦਾ, ਫਿਰ ਵੀ ਤੁਹਾਡੇ ਕੰਮ ਆਉਂਦਾ ਹੈ ਨਾ, ਆਉਂਦਾ ਹੈ ਨਾ। ਉਹ ਛੱਡੋ ਮਹਾਰਾਜ, ਤੁਸੀਂ ਕਰਨੈਲ ਵਾਲੇ ਪੰਗੇ ਦਾ ਹੱਲ ਕੱਢੋ, ਨਹੀਂ ਤਾਂ ਮੇਰਾ ਤਾਂ ਸੋਨਾ ਵੀ ਮਿੱਟੀ ਹੋ ਜਾਣਾ ਹੈ। ਓਹੋ, ਹੌਸਲੇ ਨਾਲ ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ, ਧਰਮ ਗ੍ਰੰਥਾਂ 'ਚ ਲਿਖਿਆ ਵੀ। ਉਹ ਧੰਨ ਹੋ ਤੁਸੀਂ ਤੇ ਧੰਨ ਨੇ ਤੁਹਾਡੇ ਗ੍ਰੰਥ, ਪਰ ਮੇਰਾ ਕੋਈ ਹੱਲ ਕੱਢੋ ਮਹਾਨ ਵਕੀਲ ਸਾਹਿਬ।
ਓਹੋ, ਉਹੀ ਤਾਂ ਕਰ ਰਿਹਾ ਜਨਾਬ, ਮੈਂ ਉਹੀ ਕਰ ਰਿਹਾ। ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ। ਆਪਾਂ ਨੌਕਰੀ ਦੀ ਗੱਲ ਕਰ ਰਹੇ ਸੀ, ਡਰਾਈਵਰ ਵੀ ਤਾਂ ਤੁਹਾਡਾ ਨੌਕਰੀ ਹੈ ਨਾ। ਨਾ, ਉਹ SP ਤੋਂ ਉੱਤੇ ਹੋ ਗਿਆ। ਕਿਹੋ ਜਿਹਾ ਤੁਹਾਡੇ ਗ੍ਰੰਥ? ਸ਼ਾਂਤੀ ਸ਼ਾਂਤੀ, ਜੇ ਤੁਹਾਡਾ ਡਰਾਈਵਰ ਤੁਹਾਡੇ ਹੱਥ ਦਾ ਬੰਦਾ ਹੈ ਤਾਂ ਮੈਂ ਅੱਗੇ ਗੱਲ ਕਰਾਂ। ਉਹ ਭਾਵੇਂ ਹੱਥ ਦਾ ਨਾ ਵੀ ਹੋਵੇ, ਤੁਸੀਂ ਅੱਗੇ ਗੱਲ ਤੋਰੋ। ਜੇ ਤੁਹਾਡਾ ਡਰਾਈਵਰ ਇਹ ਬਿਆਨ ਦੇ ਦੇਵੇ ਕਿ ਪੁਲਿਸ ਨੇ ਜ਼ਬਰਦਸਤੀ ਕਰਨੈਲ ਦਾ ਨਾਂ ਲਿਖਵਾਇਆ, ਤਾਂ ਉਸ ਵਿਚਾਰੇ ਨੂੰ ਤਾਂ ਇਸ ਬਾਰੇ ਪਤਾ ਹੀ ਕੁਝ ਨਹੀਂ, ਤਾਂ ਕਰਨੈਲ ਦਾ ਬਚਾਓ ਹੋ ਸਕਦਾ। ਪਰ ਉਹ ਤਾਂ ਅੰਦਰ ਹੈ। ਓਹੋ, ਆਪਾਂ ਦੋਵੇਂ ਤਾਂ ਬਾਹਰ ਹੈ, ਮੈਂ ਜਾ ਕੇ ਗੱਲ ਕਰ ਸਕਦਾ, ਬਾਕੀ ਦਾ ਹੀਲਾ ਤੁਸੀਂ ਕਰ ਲਓ। ਬਾਕੀ ਦਾ ਹੀਲਾ? ਪੈਸੇ ਧੇਲੇ ਦਾ, ਨਾਲੇ ਸਾਨੂੰ ਸਰਦਾਰ ਜੀ ਦੋਨੋਂ ਗਵਾਹ ਤੋੜਨੇ ਪੈਣਗੇ। ਜਿਹੜੇ ਕਹਿ ਦੇਣ ਕਿ ਮੁੰਡੇ ਨੂੰ ਤਾਂ ਘਰੋਂ ਚੱਕਿਆ, ਬਸ ਮਾਮਲਾ ਖਤਮ। ਦੇਖੋ ਜੀ, ਚੁੱਕਿਆ ਤਾਂ ਉਹਨਾਂ ਨੇ ਘਰੋਂ ਹੀ ਆ ਨਾ, ਡੈਰੀ ਤੋਂ ਹੋਇਆ ਜਾਂ ਘਰ ਤੋਂ ਹੋਇਆ, ਗੱਲ ਤਾਂ ਇੱਕੋ ਹੀ ਹੈ। ਜੇ ਡਰਾਈਵਰ ਝੂਠ ਬੋਲ ਦੇਵੇ, ਹੌਲਦਾਰ ਤੇ ਸਿਪਾਹੀ ਸੱਚ ਬੋਲ ਦੇਣ, ਤਾਂ ਮੈਨੂੰ ਲੱਗਦਾ ਹੈ। ਓਹੋ, ਧਰਮ ਗ੍ਰੰਥਾਂ 'ਚ ਲਿਖਿਆ ਜਨਾਬ ਵੀ ਅਜਿਹੇ ਮੌਕਿਆਂ ਤੇ ਜੇਬ ਨਹੀਂ ਘੁੱਟਣੀ ਚਾਹੀਦੀ। ਪਰ ਗ੍ਰੰਥਾਂ 'ਚ ਇਹ ਨਹੀਂ ਲਿਖਿਆ ਵੀ ਜੇ ਜੇਬ ਢਿੱਲੀ ਹੋਣ ਤੇ ਵੀ ਕੰਮ ਨਾ ਬਣੇ ਤਾਂ ਫਿਰ ਬੰਦਾ ਕੀ ਕਰੇ? ਜੇ ਮੇਰਾ ਦਿਮਾਗ ਤੇ ਤੁਹਾਡੀ ਜੇਬ ਦੋਨੋਂ ਹੱਥ ਮਿਲਾ ਕੇ ਚੱਲਣਗੇ ਤਾਂ ਦੁਨੀਆਂ ਦੀ ਕੋਈ ਤਾਕਤ ਕਰਨੈਲ ਨੂੰ ਅੰਦਰ ਨਹੀਂ ਰੱਖ ਸਕਦੀ। ਹਾਂਜੀ, ਜੇ ਹੁਣ ਛਿੱਕ ਮਾਰੀ ਨਾ ਦੇਖੀ ਜੁੱਤੀ ਤੇਰੀ, ਤੁਰ ਫਿਟੇ ਮੂੰਹ ਤੇਰਾ ਇਹੋ ਜਿਹਾ। ਉਹ ਸ਼ਾਂਤੀ ਸਰਦਾਰ ਜੀ, ਸ਼ਾਂਤੀ ਰੱਖੋ, ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਚੰਗਾ ਬੰਦਾ ਯਾਰ, ਤੂੰ ਪਰਾਂ ਹੋ ਕੇ ਖੜ। ਗ੍ਰੰਥਾਂ 'ਚ ਲਿਖਿਆ ਬਈ ਕਿਸੇ ਦੀ ਪ੍ਰਾਈਵੇਟ ਗੱਲ ਸੁਣਨਾ ਬਹੁਤ ਬੜਾ ਪਾਪ ਹੈ। ਤੂੰ ਪਰਾਂ ਹੋ ਜਾ ਯਾਰ, ਮੈਨੂੰ ਭਜਾ ਕੇ ਤਾਂ ਨਹੀਂ ਲੈ ਚੱਲਿਆ। ਠੀਕ ਹੈ ਠੀਕ ਹੈ, ਸਾਡੀ ਡਿਊਟੀ ਹੈਗੀ। ਠੀਕ ਹੈ, ਜੇ ਡਿਊਟੀ ਹੈ ਤਾਂ ਡਿਊਟੀ 5-7 ਫੁੱਟ ਪਰਾਂ ਹੋ ਕੇ ਵੀ ਹੋ ਸਕਦੀ ਹੈ। ਜਾ ਕਾਕਾ ਜੀ, ਗੱਲ ਖੁੱਲ੍ਹੀ ਤਾਂ ਨਹੀਂ? ਨਹੀਂ ਅੰਕਲ, ਦੱਸਿਆ ਤਾਂ ਮੈਂ ਕੁਝ ਨਹੀਂ। ਵੈਰੀ ਗੁੱਡ, ਗ੍ਰੰਥਾਂ 'ਚ ਲਿਖਿਆ ਇੱਕ ਚੁੱਪ 100 ਸੁਖ, ਤੂੰ ਮੰਨਿਆ ਤਾਂ ਨਹੀਂ ਕਿ ਉਹਨਾਂ ਨੇ ਮਨਾਇਆ ਨਹੀਂ? ਨਹੀਂ ਅੰਕਲ, ਉੱਪਰੋਂ ਆਰਡਰ ਆਏ ਨੇ ਵੀ ਕਿਸੇ ਨੂੰ ਡਰਾਉਣਾ ਧਮਕਾਉਣਾ ਨਹੀਂ, ਨਾ ਕੁੱਟਣਾ ਮਾਰਨਾ, ਨਾਲੇ ਮੈਂ ਕਿਹੜਾ ਕਤਲ ਕੇਸ ਚੰਦਰ ਆਇਆ। ਕਾਕਾ ਜੀ, ਨਸ਼ੇ ਦਾ ਕਾਰੋਬਾਰ ਵੀ ਕਤਲ ਦਾ ਕਾਰੋਬਾਰ ਹੀ ਹੈ। ਇਸ ਕਤਲ ਜ਼ਰਾ ਹੌਲੀ ਹੌਲੀ ਹੁੰਦਾ, ਪਰ ਹੁੰਦੇ ਹੈ ਕਈ ਕਈ ਇਕੱਠੇ ਹੀ। ਕਿਉਂ ਜੀ? ਅੰਕਲ ਜੀ, ਪੁੱਠਾ ਹੱਥ ਕੰਡਾ ਉਹਨਾਂ ਨੇ ਬਣਾਇਆ ਨਹੀਂ, ਸਿੱਧੇ ਨਾਲ ਆਪਾਂ ਮੰਨਦੇ ਨਹੀਂ। ਆਮ ਹੀ ਸੇਵਾ ਸੁਵਾ ਕਰਨ ਦੇ ਡਰਾਬੇ ਜ਼ਰੂਰ ਦਿੰਦੇ ਸੀ, ਪਰ ਕੀਤੀ ਨਹੀਂ। ਡਰਾਬਿਆਂ ਤੋਂ ਆਪਾਂ ਡਰਦੇ ਨਹੀਂ। ਤੂੰ ਕਾਬਲ ਪਿਓ ਦੀ ਕਾਬਲ ਔਲਾਦ ਹੈ, ਤੈਨੂੰ ਕੋਈ ਖਤਰਾ ਨਹੀਂ। ਅੰਕਲ ਜੀ, 3 ਦਿਨ ਹੋ ਗਏ ਮੈਨੂੰ ਜੇਲ੍ਹ 'ਚ, 3 ਦਿਨ ਮੇਰੇ 3 ਸਾਲਾਂ ਵਾਂਗੂ ਲੰਘੇ ਨੇ। ਤੁਸੀਂ ਪਲੀਜ਼ ਮੈਨੂੰ ਇੱਥੋਂ ਜਲਦੀ ਕੱਢਣ ਦੀ ਕੋਈ ਸਕੀਮ ਲੜਾਓ।
ਤੇ ਬਾਹਰ ਨਿਕਲਦੀ ਮੈਂ ਉਸ ਡਰਾਈਵਰ ਦੀ ਸੰਗੀ ਕੁੱਟਣਾ। ਮੂਰਖ ਨਾ ਬਣ, ਗ੍ਰੰਥਾਂ ਚ ਲਿਖਿਆ ਕਿ ਆਪਣੇ ਤਾਲੇ ਦੀ ਚਾਬੀ ਆਪਣੇ ਹੱਥੀ ਸਮੁੰਦਰ ਚ ਨਹੀਂ ਸੁੱਟੀ ਦੀ। ਉਹ ਡਰਾਈਵਰ ਤਾਂ ਤੇਰੇ ਜੇਲ ਦੇ ਤਾਲੇ ਦੀ ਚਾਬੀ ਹੈ, ਚਾਬੀ। ਮੈਂ ਕੁਝ ਸਮਝਿਆ ਨਹੀਂ ਅੰਕਲ। ਗ੍ਰੰਥਾਂ ਚ ਲਿਖਿਆ ਵੀ ਜੇ ਕੋਈ ਗੱਲ ਸਮਝ ਨਾ ਆਵੇ ਤਾਂ ਸਿਆਣਿਆਂ ਤੋਂ ਸਮਝ ਲੈਣੀ ਚਾਹੀਦੀ ਹੈ। ਮੈਂ ਤੈਨੂੰ ਸਮਝਾਉਣਾ ਹੈ, ਚੰਗੀ ਤਰ੍ਹਾਂ ਰੱਟ ਲੈ। ਜੇ ਫਿਰ ਵੀ ਸਮਝ ਨਾ ਆਵੇ ਤਾਂ ਸਮਝ ਲੈ, ਪਰ ਕਹਿਣਾ ਉਹੀ ਹੈ ਜੋ ਮੈਂ ਤੈਨੂੰ ਸਮਝਾਵਾਂਗਾ। ਸੁੱਤੇ ਪਏ ਸੁਪਨੇ 'ਚ ਵੀ ਤੈਨੇ ਉਹੀ ਜਵਾਬ ਦੇਣਾ ਜੋ ਮੈਂ ਕਹਿਣਾ। ਪਰ ਕਹਿਣਾ ਕੀ ਹੈ ਦੱਸੋ ਤਾਂ ਸਹੀ। ਗ੍ਰੰਥਾਂ 'ਚ ਲਿਖਿਆ ਭੇਦ ਦੀ ਗੱਲ ਕੰਨ 'ਚ ਕਰੀ ਦੀ ਹੈ। ਚੰਗਾ ਵੀ ਕਾਕਾ, ਮੈਂ ਚੱਲੇ। ਠੀਕ ਆ ਕਾਕਾ ਜੀ। ਇੱਕ ਵਾਰੀ ਪਤਾ ਲੱਗ ਜੇ ਵੀ ਪੁਲਿਸ ਕੋਲੇ ਭੇਦ ਕਿਹਨੇ ਦਿੱਤਾ, ਉੱਥੇ ਦੱਬ ਦੂੰ ਸਾਰੇ। ਉਹ ਯਾਰ ਚਿੱਟੇ ਨੀ ਲਾਲ ਭੇਜੀ। ਹੈਂ, ਲਾਲ ਨੀ ਹੁੰਦੇ ਤੁਹਾਡੇ ਪਿੰਡ? ਉਹ ਯਾਰ ਜਦੋਂ ਮੈਂ ਮਿਹਨਤੀ ਤੇ ਆਇਆ ਸੀ, ਮੈਂ ਵੇਖਿਆ ਸੀ ਕਾਮਿਆਂ ਕੋਲੇ। ਓਹੋ ਯਾਰ, ਪੁੱਛ ਲਈ ਕਿਸੇ ਤੋਂ। ਓਏ, ਅੱਜ ਕੱਲ੍ਹ ਤੇ ਜ਼ਮੀਨ ਜੇ ਇਕੱਠੀ ਲੈਣੀ ਹੋਵੇ ਹੋਰ ਮਹਿੰਗੀ ਮਿਲਦੀ ਹੈ। ਉਹ ਭਾਈ, ਅੱਜ ਕੱਲ੍ਹ ਜ਼ਮੀਨਾਂ ਹੱਥ ਨਹੀਂ ਧਰਨ ਦਿੰਦੀਆਂ। ਓਏ, ਤਾਂ ਹੀ ਤੇ ਲੋਕ ਬੇਈਮਾਨੀਆਂ ਕਰਦੀਆਂ ਫਿਰਦੇ ਨੇ। ਚੰਗਾ ਯਾਰ, ਮੈਂ ਨਾ ਫੇਰ ਗੱਲ ਕਰੂੰਗਾ, ਜਰਾ ਕੰਮ ਆ ਜ਼ਰੂਰੀ। ਓਏ ਨਹੀਂ, ਸਵੇਰੇ ਸ਼ਾਮ ਦਾ ਪੰਗਾ ਯਾਰ। ਯਾਰ ਉਹਨੂੰ ਆਖੀ ਦੁੱਧ ਇੱਕੋ ਵੇਲੇ ਪਾ ਜਾ ਕਰੇ। ਇਹ ਭਰਜਾਈ ਘਰ ਨਹੀਂ ਹੁੰਦੀ ਕਿਸੇ ਵੇਲੇ, ਉਹ ਲੇਟ ਹੋ ਜਾਂਦਾ। ਯਾਰ ਮੈਂ ਤਾਂ ਸਵੇਰੇ ਹੀ ਨਿਕਲ ਪੈਂਦਾ। ਓਏ SDM ਸਾਹਿਬ, ਤਹਿਸੀਲਦਾਰ ਸਾਹਿਬ ਜਾਣ ਦਿੰਦੇ ਨੇ। ਓਏ ਭਰਾਵਾ, ਤਾਂ ਹੀ ਤਾਂ ਸਾਨੂੰ ਸਭ ਤੋਂ ਪਹਿਲਾਂ ਆਉਣਾ ਪੈਂਦਾ। ਓ ਯਾਰ, ਤੂੰ ਬਸ ਉਹਨੂੰ ਨਾ ਸਮਝਾ ਦੇ ਉਹਨੂੰ। ਚੰਗਾ, ਚੱਲ ਠੀਕ ਹੈ, ਓਕੇ। ਹਾਂ ਬਈ ਜਵਾਨੋ, ਹੁਣ ਦੱਸੋ। ਸਰ, ਅਸੀਂ ਤੁਹਾਡੇ ਕੋਲ ਪਹਿਲਾਂ ਵੀ ਆਏ ਸੀ। ਮੈਨੂੰ ਪਤਾ। ਸਰ, ਤੁਸੀਂ ਐਪਲੀਕੇਸ਼ਨ ਲਿਖਣ ਵਾਸਤੇ ਕਿਹਾ ਸੀ। ਪਤਾ ਮੈਨੂੰ। ਅਤੇ ਮਾਰਕ ਕਰਵਾ ਕੇ ਲਿਆਉਣ ਲਈ ਕਿਹਾ ਸੀ। ਪਤਾ ਮੈਨੂੰ। ਅਤੇ ਉਹ ਐਪਲੀਕੇਸ਼ਨ? ਮੈਨੂੰ ਪਤਾ। ਸਰ, ਤੁਹਾਨੂੰ ਪਤਾ ਕੀ ਹੈ? ਓ ਬਾਈ, ਆਹੀ ਵੀ ਅਜੇ ਐਪਲੀਕੇਸ਼ਨ ਤੁਹਾਡੀ ਮਾਰਕ ਨਹੀਂ ਹੋਈ। ਨਹੀਂ ਸਰ, ਇਹ SDM ਸਾਹਿਬ ਤੋਂ ਵੀ ਅਤੇ ਤਹਿਸੀਲਦਾਰ ਸਾਹਿਬ ਤੋਂ ਵੀ, ਦੋਨਾਂ ਤੋਂ ਰਿਕਮੈਂਡ ਹੋ ਚੁੱਕੀ ਹੈ। ਅੱਛਾ, ਲਿਆਓ, ਬੜੀ ਛੇਤੀ ਮਾਰਕ ਕਰਵਾ ਕੇ ਲਿਆਇਓ। ਬਾਈ, ਚੰਗਾ ਹੱਥ ਪੈਂਦਾ ਲੱਗਦਾ ਤੁਹਾਡਾ। ਸਾਡੇ ਕੰਕਲ ਨੇ, ਸੈਕਟਰੀ 8 ਦੇ ਵਿੱਚ ਸੁਪਰਡੈਂਟ ਨੇ, ਬਸ ਉਹਨਾਂ ਨੇ ਹੱਥੋਂ ਹੱਥੀ ਕੰਮ ਕਰਵਾਤਾ। ਠੀਕ ਹੈ, ਠੀਕ ਹੈ, ਬੜੀ ਛੇਤੀ ਕਰਵਾ ਲਿਆਇਓ। ਚਲੋ, ਪਰ ਇੱਕ ਗੱਲ ਆ ਕਾਕਾ, ਤੁਸੀਂ ਆਪਣੇ ਬੰਦੇ ਹੋ, ਮਤਲਬ ਸੁਖਡਾਣ ਸਾਹਿਬ ਦੇ ਬੰਦੇ ਅਤੇ ਆਪਣੇ ਬੰਦੇ ਇੱਕੋ ਹੀ ਗੱਲ ਹੈ। ਮੈਂ ਲੱਖ ਕੋਸ਼ਿਸ਼ ਕਰ ਲਈ,
ਪਰ ਇਸ ਦੇ ਬਾਵਜੂਦ ਮੈਨੂੰ ਇਸ ਫਾਈਲ 'ਚੋਂ ਕੋਈ ਖਾਮੀ ਨਜ਼ਰ ਨਹੀਂ ਆਈ। ਇਸ ਦੇ ਵਿੱਚ ਸੁਖਜੀਤ ਦੇ ਪਿਤਾ ਸੁਖਵਿੰਦਰ ਸਿੰਘ ਦੇ ਸਾਈਨ ਨੇ ਅਤੇ ਗਵਾਹਾਂ ਦੇ ਸਾਈਨ ਨੇ ਅਤੇ ਸਭ ਦੇ ਦਸਤਖਤ ਅਟੈਸਟਡ ਨੇ। ਸਰ, ਤੁਸੀਂ ਤਾਂ ਸਾਨੂੰ ਆਪਣੇ ਬੰਦੇ ਕਹਿੰਦੇ ਹੋ, ਪਰ ਇਹ ਸਭ ਕੁਝ ਫਰਜ਼ੀ ਵੀ ਤਾਂ ਹੋ ਸਕਦਾ। ਕਾਕਾ, ਬੇਸ਼ੱਕ ਫਰਜ਼ੀ ਹੋਵੇ, ਵੈਸੇ ਤਾਂ ਲੱਗਦਾ ਨਹੀਂ, ਪਰ ਫਿਰ ਵੀ ਫਰਜ਼ੀ ਸਾਬਤ ਕਰਨਾ ਪੈਣਾ। ਕੋਈ ਗਵਾਹ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਅਤੇ ਅਟੈਸਟ ਕਰਨ ਵਾਲੇ ਅਫਸਰ ਦਾ ਵੀ ਪਤਾ ਨਹੀਂ। ਕੋਈ ਵੈਸੇ ਤਾਂ ਲੰਬੇ ਚੱਕਰਾਂ 'ਚ ਪੈ ਗਏ ਤੁਸੀਂ, ਕੋਈ ਤਹਿਸੀਲਦਾਰ ਉਸ ਵੇਲੇ ਦਾ ਗਰਦ ਆਸ਼ਰਮ 'ਚ ਪਾਗਲਾਂ ਦੀ ਵਾਰਡ 'ਚ ਭਰਤੀ ਹੈ। ਬਾਈ, ਕੀ ਕਰੋਗੇ ਤੁਸੀਂ, ਬਹੁਤ ਔਖਾ ਕੰਮ ਹੈ, ਕੋਰਟ ਕਚਹਿਰੀਆਂ ਦੇ ਚੱਕਰ ਲਾਉਂਦੇ ਫਿਰਦੇ ਰਹੋਗੇ। ਸਰ, ਸਾਨੂੰ ਇਹਦੀ ਫੋਟੋ ਕਾਪੀ ਚਾਹੀਦੀ ਹੈ। ਬਾਈ, ਫੋਟੋ ਕਾਪੀ ਦੇਣ 'ਚ ਮੈਨੂੰ ਕੀ ਇਤਰਾਜ਼ ਹੈ, ਫੋਟੋ ਕਾਪੀਆਂ ਜਿੰਨੀਆਂ ਮਰਜ਼ੀ ਲੈ ਜਾਓ। ਥੈਂਕ ਯੂ ਸਰ। ਬਾਈ, ਇਹ ਤਾਂ ਕਾਕਾ ਫਰਜ਼ ਹੈ ਸਾਡਾ, ਸਹੀ ਕੰਮ ਕਰਨਾ ਅਤੇ ਸਹੀ ਸਲਾਹ ਦੇਣਾ। ਕੱਲ ਨੂੰ ਆ ਕੇ ਲੈ ਜਾਓ ਕਾਗਜ਼। ਠੀਕ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਜਿੰਦੜੀ ਉਦਾਂ ਦੇਖਣ ਨੂੰ ਅਸੀਂ ਦੋ। ਆ ਚਾਪਾ ਉਹ ਰੱਤੀ ਰਾਮਾ, ਉਹ ਮੁੰਡੂਆ ਇੱਥੇ ਕਿੱਥੇ ਮਰ ਗਿਆ ਆ, ਨਾ ਹੋਵੇ ਇੱਧਰ ਵੀ ਹੈ ਨਹੀਂ ਉਹ। ਉਹ ਮਾਮਾ ਘੋੜਿਆਂ ਦੇ ਆ, ਕਿੱਥੇ ਆ ਤੂੰ? ਉਹ ਫਿਟੇ ਮੂੰਹ ਤੇਰਾ ਪਰਦੇਸੀਆ ਆਇਆ ਮੈਂ, ਕੋਈ ਸਮਝ ਨਹੀਂ ਲੱਗਦਾ ਹੈਗਾ, ਕਿਆ ਕਰੂੰ ਕਿਆ ਨਹੀਂ ਕਰੂੰ। ਅਬ ਹਰੇਕ ਆਦਮੀ ਮੇਰੇ ਸੇ ਪੁੱਛਤਾ ਹੈ, ਹੈਂ? ਅਬ ਪਲਾ ਰਤੀ ਰਾਮ ਨੂੰ ਕਿਆ ਪਤਾ ਕਿਆ ਹੋਈ ਕਿਆ ਨਹੀਂ ਹੋਈ, ਹੈ? ਇੱਕ ਇੱਕ ਆਦਮੀ ਕੇ ਚਾਰ ਚਾਰ ਮੂੰਹ ਹੈਗੀ, ਇੱਕ ਸਵਾਲ ਕਰਦਾ ਹੈਗੀ, ਦੂਜਾ ਜਵਾਬ ਦਿੰਦਾ ਹੈਗੀ, ਤੀਜਾ ਹਾਮੀ ਭਰਦਾ ਹੈਗੀ, ਚੌਥਾ ਨਾ ਕਰਦਾ ਹੈਗੀ। ਅਬ ਮੈਂ ਕਿਆ ਕਰੂੰ? ਤੂੰ ਸਾਲਿਆ ਫਾਹਾ ਲੈ ਲੈ ਗਾਰਡਰ ਦੇ ਨਾਲ, ਗਲ ਚ ਪਾ ਲਾ ਪਰਨਾ ਤੇ ਝੋਟੇ ਤੇ ਚੜ ਜਾ। ਇੰਨੀਆਂ ਸਹੂਲਤਾਂ ਆ ਤੇਰੇ ਕੋਲ, ਫੇਰ ਵੀ ਕਹਿੰਦਾ ਆ ਕਿ ਮੈਂ ਕਿਆ ਕਰਾਂ? ਉਹ ਮੈਂ ਤੈਨੂੰ ਕਣਕ ਵਾਲੀਆਂ ਗੋਲੀਆਂ ਲਿਆ ਦਿਆਂ ਜੇ ਬਾਲੀ, ਉਹ ਛੇਤੀ ਆ ਤਾਂ। ਉਹ ਮੱਖਣ ਚਾਚਾ, ਮੈਂ ਕਿਆ ਬਤਾਊਂ, ਅਬ ਸਰਦਾਰ ਜੀ ਮੇਰੇ ਕੋ ਬੁਲਾ ਕੇ ਪੁੱਛਤੇ ਹੈਗੇ ਕਿ ਕਰਨੈਲ ਵਾਲੀ ਗੱਲ ਕਾ ਮੱਖਣ ਕੋ ਕੈਸੇ ਪਤਾ? ਤੇਰੀ ਉਨਕੇ ਸਾਥ ਕੋਈ ਬਾਤ ਹੋਈ ਥੀ? ਤੇਰੇ ਕੋ ਕੈਸੇ ਪਤਾ ਵੋ ਕਰਨੈਲ ਵਾਲੀ ਗੱਲ? ਕਿਹੜੀ ਕਰਨੈਲ ਵਾਲੀ ਗੱਲ ਬਈ, ਉਹ ਮੈਨੂੰ ਕੋਈ ਨਹੀਂ ਉਹ ਪਤਾ। ਅੱਛਾ, ਤੂੰ ਇੱਦਾਂ ਦੱਸ, ਤੈਨੂੰ ਪੀਤੀ ਖਾਧੀ ਵਾਲੀ ਗੱਲ ਯਾਦ ਵਾ? ਕਿਸ ਦਿਨ ਪੀਤੀ ਖਾਧੀ? ਪਰਸੋਂ ਵਾਲੀ। ਮੈਨੇ ਕੁਛ ਕਹੀ ਥੀ? ਕੁਛ ਕਹੀ ਥੀ ਮੈਨੇ? ਨਾ ਨਾ, ਮੈਨੂੰ ਤਾਂ ਕੁਛ ਨਹੀਂ ਕਿਹਾ, ਕਿਸੇ ਹੋਰ ਨੂੰ ਨਾ ਕਹਿ ਦਿੱਤਾ ਹੋਵੇ। ਉਹ ਤੈਨੂੰ ਨਹੀਂ ਪਤਾ ਰੱਤੀ ਰਾਮਾ, ਲੋਕ ਅੱਜ ਕੱਲ ਬੜੇ ਰਹਾਮੀ ਆ। ਕਿਤੇ ਹੋਰ ਕੋਈ ਮੁੰਡੂ ਤੇਰਾ ਪੱਤਾ ਨਾ ਕੱਟਦਾ ਹੋਵੇ, ਕਿਸੇ ਕੋਲ ਗੱਲ ਨਾ ਕਰਿਆ ਕਰ। ਪਤਾ ਕੀ ਆ, ਅੱਜ ਕੱਲ ਬੰਦਾ ਭੇਤ ਲੈ ਕੇ ਤਾਂ ਫੇ ਬਾਰ ਕਰਦਾ ਆ, ਕੁੱਛੜ ਦੇ ਵਿੱਚ ਬਹਿ ਕੇ ਤੁਹਾਨੂੰ ਵੇਚ ਜਾਂਦਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਇੱਦਾਂ ਦੱਸ ਬਈ, ਤੂੰ ਮੇਰੇ ਤੋਂ ਬਗੈਰ
ਹੋਰ ਕਿਸੇ ਨਾਲ ਗੱਲ ਤਾਂ ਨਹੀਂ ਕੀਤੀ ਫੇ ਉਹਦੇ? ਮੈਨੂੰ ਤੇ ਇਹ ਵੀ ਨਹੀਂ ਪਤਾ, ਮੈਂ ਪੀਤੀ ਵੀ ਸੀ। ਅੱਛਾ, ਉਹ ਮਾਮਾ ਕੁੱਤਿਆਂ ਦੇ ਆ। ਜੇ ਤੈਨੂੰ ਜਾਦਾ ਹੀ ਨਹੀਂ ਤਾਂ ਫੇ ਪਿੱਟਦਾ ਕਾਹਤੇ ਆ ਹੈ? ਜੇ ਤੂੰ ਮੈਨੂੰ ਨਹੀਂ ਦੱਸਿਆ ਹੈ ਨਾ ਤਾਂ ਫੇਰ ਸਮਝ ਲੈ ਬਈ ਕਿਸੇ ਨੂੰ ਵੀ ਨਹੀਂ ਦੱਸਿਆ। ਪਰ ਜੇ ਤੂੰ ਮੇਰੇ ਕੋਲ ਗੱਲ ਕਰ ਦਿੱਤੀ ਆ ਤਾਂ ਫੇਰ ਸਮਝ ਲੈ ਵੀ ਸਾਰੀ ਦੁਨੀਆ ਦੇ ਕੋਲ ਕਰ ਦਿੱਤੀ ਆ। ਮੈਨੇ ਤੈਨੂੰ ਕੁਝ ਦੱਸਿਆ ਸੀ? ਕਾਹਦੇ ਬਾਰੇ? ਛੋਟੇ ਸਰਦਾਰ ਜੀ ਬਾਰੇ। ਮੈਨੂੰ ਤਾਂ ਨਹੀਂ ਕਿਹਾ ਬਈ, ਪਰ ਤੂੰ ਫਿਕਰ ਨਾ ਕਰ। ਤੂੰ ਇੱਦਾਂ ਕਰ, ਆਪਣਾ ਰੁਜ਼ਗਾਰ ਚੱਲਦਾ ਰੱਖ, ਤੇਰਾ ਤਾਂ ਮੇਰਾ, ਆ ਟੀਕੇ ਲਾਈ ਜਾ ਬੇਫਿਕਰ ਹੋ ਕੇ। ਦੇਖ ਬਣ ਗਿਆ ਨਾ ਸਮਾਰਟ, ਨਵੇਂ ਡਰੰਮ, ਸਭ ਤੇਰੀ ਮਿਹਰਬਾਨੀ ਆ। ਤੂੰ ਚਿੰਤਾ ਨਾ ਕਰ, ਟੀਕੇ ਲਾਈ ਜਾ। ਮੈਂ ਮਾੜਾ ਜਿਹਾ ਸਰਦਾਰਨੀ ਨੂੰ ਮਿਲਿਆ ਵਾਂ। ਕਿਹੜੀ ਸਰਦਾਰਨੀ ਨੂੰ? ਉਹ ਤੇਰੀ ਸਰਦਾਰਨੀ ਮਾਮਾ, ਸਤਨਾਮ ਕੌਰ। ਹੋਰ ਕਿਹੜੀ? ਇਹ ਮਾਖਣ ਵੀ ਨਾ ਬੜਾ ਕੋਤਾ ਬੰਦਾ ਹੈਗੀ ਹੈ। ਨਵੇਂ ਡਰੰਮ, ਨਵੇਂ ਸੂਟ, ਸਾਨੂੰ ਸਰਦਾਰਾਂ ਦੀ ਪੁਰਾਣਾ ਝੱਗਾ ਪਾਉਣਾ ਪੈਂਦੀ ਹੈਗੀ। ਮੂਛਾ ਦਾੜੀ ਕਟਵਾ ਕੇ ਆਪਣੇ ਆਪ ਨੂੰ ਮੁੰਡਾ ਖੁੰਡਾ ਸਮਝਦੀ ਹੈਗੀ, ਸਾਲਾ ਘੋੜਿਆਂ ਦੀ ਨਾ ਹੋਵੇ ਤੇ। ਬਈ ਪੈਸੇ ਦੀ ਆਵਾਜ਼ ਹੋਵੇ, ਉਹ ਸੱਜੀ ਤਲੀ ਵਿੱਚ ਖਾਜ ਹੋਵੇ, ਉਹ ਬੁੱਗ ਸਰਦਾਰਨੀ ਦਾ ਰਾਜ ਹੋਵੇ। ਕਿੱਥੇ ਗਵਾ ਹੈਗੀ ਵੀ ਆ ਕਿ ਨਹੀਂ ਹੈ? ਆ ਗੁਰ ਗੁਰ, ਉਹ ਤੁਹਾਡੀ ਬੇਟਾ ਸਰਦਾਰ ਹੀ ਆ। ਮੱਖਣਾ